ਹਾਂਜੀ ਹਾਂ ਜੀ ਹਾਂ ਜੀ ਮੈਂ ਤਾਂ ਸੇਮ ਹਾਂ ਹਾਂਜੀ ਬੜੀ ਖੁਸ਼ ਹੋ ਗਈ ਆ ਤੁਸੀਂ ਦਰਸ਼ਨ ਦਿੱਤੇ ਆ ਹਾਂਜੀ 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 ਮਾਸਟਰ ਆਇਆ ਰੁਕਾ ਦਿੱਤਾ ਸੀ ਹਾਂਜੀ 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 ਤਾਂ ਕਹਿੰਦੇ ਹੁੰਦੇ ਨੀ ਉੱਤੋਂ ਦੀ ਕੋਠੇ ਉੱਤੋਂ ਜਿੱਦਾਂ ਹੁੰਦੀ ਹੁੰਦੀ ਉਹਦਾ ਮੁੰਡਾ ਜਗਿੰਦਰ ਸਿੰਘ ਹੁੰਦਾ ਸੀ ਦਲੀਪ ਸਿੰਘ ਮਾਸਟਰ ਦਾ ਚੌਥੀ ਜੀ ਇਕੱਠੇ ਪੜ੍ਹਦੇ ਅਸੀਂ ਤੁਸੀਂ ਸਾਰੇ ਹੀ ਟਿੱਡਾ ਮਾਸਟਰ ਕਾਬੂ ਬਾਦ ਦਾ ਇੱਕ ਸੁੰਦਰ ਖਾਂ ਹੁੰਦਾ ਸੀ ਮਾਸਟਰ ਚੋਜਣਾ ਦਾ ਹਾਂਜੀ ਸੁੰਦਰ ਖਾਂ ਸੁੰਦਰ ਖਾਂ ਸੁੰਦਰ ਖਾਂ ਚੋਜਣਾ ਦਾ ਇੱਕ ਕਾਜੀ ਵੀ ਹੁੰਦਾ ਸੀ ਤੁਹਾਨੂੰ ਇੱਕ ਉਸ ਦਿਨ ਦਾ ਪਤਾ ਜਦੋਂ ਦੋਦੇ ਕੰਨ ਵਾਲੇ ਆਏ ਤਾਂ ਅਸੀਂ ਨੱਠ ਗਏ ਤਾਂ ਨਾਲ ਤੁਸੀਂ ਸੀ ਦੋਦੇ ਕੰਨ ਵਾਲੇ ਆਏ ਪਿੰਡ ਸਕੂਲੇ ਅਸੀਂ ਦੌੜ ਗਏ ਮਹੱਲਾ ਤੁਹਾਡਾ ਹੈਗਾ ਸਾਰਾ ਪੱਕਾ ਬਣ ਗਿਆ ਉੱਥੇ ਕੋਠੀਆਂ ਪੈ ਗਈਆਂ ਬੜ ਵੱਡੀਆਂ ਹਾਂਜੀ ਹਾਂਜੀ ਉਹ ਸਾਡੇ ਪਿਛਲੇ ਪਾਸੇ ਨਾ ਸਭ ਕੋਠੀਆਂ ਪੈ ਗਈਆਂ ਫਸਟ ਕਲਾਸ ਇਹਨਾਂ ਦੇ ਘਰ ਕਿੱਥੇ ਹੁੰਦੇ ਸੀ ਸਾਡੇ ਮਗਰ ਇਹ ਆ ਜੀ ਜਿਹੜਾ ਪਿੱਠ ਲੱਗਦੀ ਸੀ ਹੁਣ ਤਾਂ ਉੱਥੇ ਲੋਕਾਂ ਨੇ ਕੋਠੀਆਂ ਪਾ ਲਈਆਂ ਹਨਾ ਤੇ ਜਿਹੜੇ ਇੱਥੇ ਦੱਸਦੇ ਵੀ ਇਹਨਾਂ ਦੇ ਪਿੱਠ ਪਿੱਛੇ ਸੀਗਾ ਕਿਉਂਕਿ ਕੱਚੇ ਮਕਾਨ ਹੁੰਦੇ ਸੀਗੇ ਤੇ ਹੁਣ ਤਾਂ ਐਂ ਸਾਰਾ ਕਿੱਥੇ ਰਹਿੰਦੇ ਆ ਭਾਈ ਸਾਹਿਬ ਕਿੱਥੇ ਰਹਿੰਦੇ ਆ ਅੱਛਾ ਤੇ ਹੁਣ ਕਦੋਂ ਤੁਹਾਡਾ ਘਰ ਬਾਰਡਰ ਖੋਲ੍ਹੇ ਤਾਂ ਆਉਣ ਦੀ ਕੋਸ਼ਿਸ਼ ਕਰੋ ਅਤੇ ਮੈਂ ਫਿਰ ਮੈਨੂੰ ਫੋਨ ਕਰੋ ਮੈਂ ਉੱਥੋਂ ਤੋਂ ਲੈਣ ਆ ਜਾਵਾਂਗਾ ਦਾਦਾ ਜੀ ਇਸ ਬਰਕਰਦਾਰ ਦਾ ਬਹੁਤ ਧੰਨਵਾਦੀਆਂ ਅਸੀਂ ਜਿਹਨਾਂ ਨੇ ਤੁਹਾਡੇ ਨਾਲ ਮੇਰੀ ਮੁਲਾਕਾਤ ਕਰਾਤੀ ਆ ਮੁੜ ਕੇ ਆਖਰੀ ਉਮਰ 'ਚ ਵੀ ਸਾਨੂੰ ਆਪਣੇ ਭੈਣ ਭਰਾ ਮਿਲ ਗਏ ਅਸੀਂ ਅਤੇ ਹਾਂਜੀ ਹਾਂਜੀ ਬਹੁਤ ਚੰਗਾ ਇਹ ਮੁੰਡੇ ਦਾ ਉਦਮ ਹੋਇਆ ਸੀ ਇਹ ਸਾਨੂੰ ਮਿਲਾਤਾ ਸੀ ਇਹਦਾ ਅਸੀਂ ਮੈਂ ਧੰਨਵਾਦੀ ਬਹੁਤ ਹਾਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਹਨੇ ਮੁੜ ਕੇ ਸਾਨੂੰ 80 ਸਾਲ ਦੀ ਉਮਰ ਵਿੱਚ ਆ ਕੇ 85 ਅਤੇ ਸਾਨੂੰ ਤੁਹਾਡੇ ਫਿਰ ਦਰਸ਼ਨ ਦੇ ਰੂਬਰੂ ਹੋ ਗਏ ਅਤੇ ਇਹਦੀ ਮਿਹਨਤ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਜੜਿਆਲਾ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਸਾਡੀ ਧਰਤੀ ਦੇਸ਼ ਪੰਜਾਬ ਦੀ ਟੀਮ ਜਿਹੜੀ ਆ ਅਸੀਂ 1947 ਦੀ ਵੰਡ ਦੇ ਹਵਾਲੇ ਨਾਲ ਬਜ਼ੁਰਗਾਂ ਨੂੰ ਮਿਲ ਕੇ ਅਤੇ ਜੋ 47 ਤੋਂ ਪਹਿਲਾਂ ਦੀਆਂ ਆਪਸੀ ਸਾਂਝਾਂ ਆ ਉਹ ਅਸੀਂ ਬਜ਼ੁਰਗਾਂ ਨੂੰ ਇੰਟਰਵਿਊ ਕਰਕੇ ਅਸੀਂ ਤੁਹਾਡੇ ਨਾਲ ਰੂਬਰੂ ਅਤੇ ਅਸੀਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਮੇਰਾ ਪਿੰਡ ਅਤੇ ਸਾਰਿਆਂ ਤੋਂ ਪਹਿਲਾਂ ਜਿਹੜੀ ਵੀਡੀਓ ਆ ਅਸੀਂ ਆਪਣੇ ਪਿੰਡ ਦੀ ਪਾਈ ਸੀ ਅਤੇ ਸਾਡੀ ਜਿਹੜੀ ਵੀਡੀਓ ਆ ਉਹ ਜਦੋਂ ਅਸੀਂ ਯੂਟਿਊਬ 'ਤੇ ਅਪਲੋਡ ਕੀਤੀ ਅਤੇ ਉਹ ਬੰਦਿਆਂ ਤੱਕ ਪਹੁੰਚ ਗਈ ਜਿਹੜੇ ਇਸ ਪਿੰਡ ਤੋਂ ਬੇਗਮਪੁਰ ਜੜਿਆਲੇ ਤੋਂ ਉੱਠ ਕੇ ਪਾਕਿਸਤਾਨ ਜਾ ਕੇ ਆਬਾਦ ਹੋਏ ਸੀਗੇ ਅਤੇ ਉਹਨਾਂ 'ਚੋਂ ਇੱਕ ਸੀਗੇ ਜੀ ਭੱਟੀ ਪਰਿਵਾਰ ਦੇ ਬੱਚੇ ਭੱਟੀ ਜੀ ਅਤੇ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਅਤੇ ਦੱਸਿਆ ਵੀ ਸਾਡੇ ਭੱਟੀਆਂ ਦੇ ਘਰ ਸੀਗੇ ਅਤੇ ਸਾਡੇ ਜਿਹੜਾ ਮੇਰਾ ਮਿੱਤਰ ਆ ਤਰਸੇਮ ਲਾਲ ਅਤੇ ਉਹਨਾਂ ਦੇ ਪਿਤਾ ਦਾ ਨਾਂ ਬਾਬੂ ਸੈਣੀ ਸੀਗਾ ਉਹ ਮੇਰੇ ਬਚਪਨ ਦੇ ਮਿੱਤਰ ਸੀ ਅਸੀਂ ਕਲਾਸ 'ਚ ਜਿਹੜੇ ਆ ਛੋਟੇ ਹੁੰਦੇ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ ਨਾ ਅਤੇ ਜੇ ਹੋ ਸਕੇ ਤਾਂ ਮੇਰੀ ਉਹਦੇ ਨਾਲ ਗੱਲ ਕਰਾਇਓ ਅਤੇ ਜਾ ਕੇ ਕਰਾਉਂਦੇ ਹਾਂ ਜੀ ਬਜ਼ੁਰਗਾਂ ਨੂੰ ਉਹਨਾਂ ਦੇ ਜਿਹੜੇ ਬਚਪਨ ਦੇ ਮਿੱਤਰ ਆ ਉਹਨਾਂ ਨਾਲ ਗੱਲਬਾਤ ਵੀਡੀਓ ਕਾਲ ਦੇ ਰਾਹੀਂ ਹਾਂਜੀ ਸਲਾਮ ਹੈ ਜੀ ਮੈਂ ਪਿੰਡ ਬੇਗਮਪੁਰ ਜੜਿਆਲੇ ਦਾ ਤਰਸੇਮ ਲਾਲ ਹਾਂ ਮੇਰਾ ਨਾਂ ਮੇਰੇ ਪਿਤਾ ਜੀ ਨਾਂ ਬਾਬੂ ਰਾਮ ਹੈ ਜਿਹੜਾ ਗੰਗਾ ਰਾਮ ਮੇਰੇ ਬਾਬਾ ਜੀ ਦਾ ਨਾਂ ਸੀ ਚੌਧਰੀ ਆਦਰਮਾਨ ਹੁਸੈਨ ਖਾਂ ਅਬਦੁਲਜੀਤ ਸਾਰੇ ਮੇਰੇ ਵਾਕਫ ਸੀ ਮੈਂ ਉਹਨਾਂ ਨਾਲ ਸਾਡਾ ਭੱਟੀਆਂ ਦੇ ਘਰ ਦੇ ਕੋਲ ਘਰ ਸੀ ਭੱਟੀ ਸਾਡੇ ਪਿਛਲੇ ਬੈਕ ਸਾਈਡ 'ਤੇ ਰਹਿੰਦੇ ਸੀ ਅਤੇ ਅਸੀਂ ਆਪਣੇ ਜਿਹੜੀ ਸੜਕ
ਬਾਈ ਸ਼੍ਰੀ ਸ਼ਰਕੋ ਦੇ ਉੱਤੇ ਸਾਡਾ ਮਕਾਨ ਹੁੰਦਾ ਸੀ। ਤਾਈ ਨੰਦੋ ਸਾਡੀ ਤਾਈ ਦਾ ਨਾਂ ਸੀ, ਈਸ਼ਰ ਤਾਇਆ, ਈਸ਼ਰ ਸਾਡਾ ਤਾਇਆ ਸੀ। ਆਪਣੇ ਬਾਬਾ ਕੋਠੀ ਆਏ ਦਾ ਨਾਂ ਅਮਾਨਤ ਖਾਂ, ਜਾਣਦੇ ਸੀ? ਹਾਂਜੀ, ਜਿਹੜੇ ਪੱਟੀ ਸੀ ਨਾ ਸਾਰੇ, ਜਿਹੜੇ ਸਾਡੇ ਪੱਟੀ ਸੀ ਨਾ ਸਾਰੇ, ਉਹ ਮੇਰੇ ਬੈਗ ਦੇ ਪਿਛਲੇ ਸਾਈਡ 'ਚ ਰਹਿੰਦੇ ਸੀ, ਅਤੇ ਸਾਡੇ ਘਰ ਉਹਨਾਂ ਦੇ ਬੈਗ ਨਾ ਸੀਗੇ, ਸਾਡੇ ਘਰ ਸੜਕ ਵਾਲੇ ਪਾਸੇ ਸੀ। ਤੁਹਾਡਾ ਮਿੱਤਰ ਕਿਹੜਾ ਸੀਗਾ? ਆਪਦੇ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਤਰਸੇਮ ਹਾਂ। ਹਾਂਜੀ, ਬੜੀ ਖੁਸ਼ ਹੋਈ ਆ, ਤੁਸੀਂ ਦੱਸ ਦਿੱਤੇ ਆ। ਹਾਂ, ਡੋਗਰਾ ਖੂਹ 'ਤੇ ਪਾਣੀ ਪਾਉਂਦੇ ਹੁੰਦੇ ਇਕੱਠੇ, ਡੋਗਰਾ ਖੂਹ 'ਤੇ। ਸਾਡਾ ਸਾਡਾ ਜਿਹੜਾ ਘਰ ਸੀ, ਸੁਣੋ ਸੁਣੋ ਉਹਨਾਂ ਕੀ ਕਹਿੰਦੇ। ਹਾਂਜੀ, ਤਰਸੇਮ ਲਾਲ, ਤਰਸੇਮ ਲਾਲ, ਅਮੀਰ ਖਾਂ। ਹਾਂਜੀ ਹਾਂਜੀ ਹਾਂਜੀ, ਹਾਂਜੀ 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 ਹਾਂਜੀ, ਮਾਸਟਰ ਆਇਆ ਰੁਕਾ ਦਿੱਤਾ ਸੀ। ਹਾਂਜੀ, ਮੈਂ ਹਾਂ ਬੁੱਢਾ ਹੋ ਗਿਆ ਹੁਣ, ਤੁਹਾਡੇ ਵਰਗਾ ਹੀ ਹੋ ਗਿਆ, ਤਕਰੀਬਨ 85 ਸਾਲ ਦੀ ਉਮਰ ਆ। ਹਾਂਜੀ, ਹੁਣ 85 ਸਾਲ ਹੋ ਗਈ ਉਮਰ ਮੇਰੀ ਵੀ। ਸਾਡੀ ਜਿਹੜੀ ਹਵੇਲੀ ਹੁੰਦੀ ਸੀ ਨਾ, ਅੱਛਾ, ਜੈਲਦਾਂ ਦੇ ਕੋਠੀ ਦੇ ਲੰਘੇ ਪਾਸੇ ਹੁੰਦੀ ਸੀ, ਜੈਲਦਾਂ। ਹਾਂ, ਅੱਛਾ, ਕਾਦੀਆਂ ਕਹਿੰਦੇ ਆਏ ਆ। ਕਾਦੀਆਂ ਕਿੱਥੇ ਬੈਠੇ ਆ ਜੀ? ਕਿੱਥੇ? 2009 'ਚ। ਅੱਛਾ, ਤੁਸੀਂ? ਅੱਛਾ ਅੱਛਾ, ਮੇਰੀ ਗੱਲ ਸੁਣੋ, ਤੁਸੀਂ ਫਿਰ ਏਡਾ ਲੰਬਾ ਸਫ਼ਰ ਕਿਹੜੇ ਕਿੱਤਾ ਕੀਤਾ? ਹਾਂ, ਉਡਾ ਟਾਂਡਾ। ਹਾਂਜੀ ਹਾਂਜੀ ਹਾਂਜੀ, ਅੱਛਾ ਅੱਛਾ, ਅੱਛਾ ਹਾਂਜੀ ਹਾਂਜੀ ਹਾਂਜੀ। ਹਾਂ, ਨਿਰਮਲ ਸਿੰਘ ਮੈਂ ਜਮਾਤੀ ਸੀ, ਜਾਣਦਾ ਜੀ, ਉਹ ਪੂਰਾ ਹੋ ਗਿਆ। ਨਿਰਮਲ ਸਿੰਘ ਪੂਰਾ ਹੋ ਗਿਆ, ਨਿਰਮਲ ਸਿੰਘ ਪੂਰਾ ਹੋ ਗਿਆ, ਨਿਰਮਲ ਸਿੰਘ ਮਰ ਗਿਆ, ਮਰ ਗਿਆ। ਹਾਂ, ਮਨੀ ਵੀ, ਮਨੀ ਹੈਗਾ, ਮਨੀ ਹੈਗਾ। ਮੇਰੇ ਦੋ ਲੜਕੇ ਇੱਕ ਲੜਕੀ ਆ ਜੀ। ਲੜਕੀ ਮੇਰੀ USA 'ਚ ਆ। ਹਾਂਜੀ, ਲੜਕੀ USA 'ਚ ਆ, ਅਮੈਰੀਕਾ। ਉੱਥੇ? ਅੱਛਾ, ਭਤੀਜੀ ਉੱਥੇ ਆ। ਅੱਛਾ ਜੀ, ਹਾਂ ਜੀ, ਬਹੁਤ ਸ਼ੁਕਰੀਆ ਜੀ ਉਹਦਾ, ਪਰਮਾਤਮਾ ਦਾ। ਅੱਛਾ ਅੱਛਾ,
अच्छा जे तुसी उत्थे आए से गाहां होय आउणा सी है जी दगाहां भी आउणा सी हां जी जानकारी ना करा वर्खदार तो मैं तेन पछाण नहीं सकना सी बहुत उदम करके सू मिलाया धनवादी हाँ हाँ जी हाँ हाँ अच्छा 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 कोठे तो इदा ही हुंदी हाँ जी अच्छा तुसी जायदाद दियां कुड़ियां जानदे आ जायदाद दियां कुड़ियां जानदे आ जायदाद दियां नहीं गुलजार खान दा अच्छा जी ਹੋਰ ਸਾਡੇ ਬਾਬਾ ਜੀ ਨੂੰ ਜਾਣਦੇ ਕਿ ਛੋਟਾ ਬਾਬਾ ਜੀ ਸਾਡੇ ਗੰਗਾ ਰਾਮ ਹੁੰਦਾ ਸੀ ਅੱਛਾ ਮੁਰਸ਼ੀ ਰਾਮ ਮੇਰਾ ਤਾਇਆ ਜੀ ਸੀ ਹਾਂਜੀ ਪੜਾਉਂਦਾ ਸੀ ਉਹ ਪੂਰੇ ਹੋ ਗਏ ਉਹ ਵੀ ਮੁਰਸ਼ੀ ਰਾਮ ਬਾਬੂ ਰਾਮ ਇਹ ਪੂਰੇ ਹੋ ਗਏ ਤੇ ਦੋ ਮੇਰੇ ਤਾਏ ਸੀਗੇ ਹਾਂਜੀ ਕੁੜੀਆਂ ਉਹਦੀਆਂ ਮੁੱਕ ਗਈਆਂ ਤਿੰਨੇ ਕੁੜੀਆਂ ਉਹਦੀਆਂ ਤਿੰਨ ਸੀ ਉਹ ਤਿੰਨੇ ਫੌਤ ਹੋ ਗਈਆਂ ਹਾਂਜੀ ਤੁਹਾਡੇ ਨਾਲ ਪੜ੍ਹਦੀ ਉਹ ਪੂਰੀ ਹੋ ਗਈ ਪ੍ਰੀਤੋ ਸੀ ਉਹਨਾਂ ਦਾ ਗਿਆਨ ਹੋ ਗਿਆ ਪ੍ਰੀਤੋ ਪ੍ਰਿਜ਼ਮ ਕਹਿੰਦੇ ਸੀ ਮੈਂ ਕਹਿੰਦੀ ਹਾਂ ਮੇਰਾ ਬੇਟੇ ਨੇ ਹਿੰਮਤ ਕੀਤੀ ਆ ਤੇ ਮੈਨੂੰ ਭਰਾ ਮੇਰੇ ਨੂੰ ਤਰਸੀ ਕਹਿ ਗਿਆ ਬਹੁਤ ਯਾਦ ਕਰਦਾ ਸੀ ਅੱਛਾ ਤਰਸੀ ਬਹੁਤ ਦਿਲ ਕਰਦਾ ਮੇਰੇ ਨੂੰ ਅੱਛਾ ਬੜਾ ਦੇਖ ਲਓ ਬੁੱਢੇ ਹੋ ਗਏ ਹੁਣ ਬੰਦੇ ਬੱਚਿਆਂ ਦਾ ਜੇ ਨਾ ਲੈਣਾ ਆ ਮੁਲਾਕਾਤਾਂ ਕਰਾ ਦਿਆਂ ਹਾਂਜੀ ਮੇਰਾ ਬਹੁਤ ਧੰਨਵਾਦ ਆ ਹਾਂਜੀ ਅੱਛਾ ਜੀ ਅੱਛਾ ਤੁਲਸਾ ਸਿੰਘ ਦਾ ਮੁੰਡਾ ਹੁੰਦਾ ਸੀ ਨਾ ਹਾਂਜੀ ਭਜਨ ਭਜਨ ਹਰ ਭਜਨ ਹਾਂਜੀ ਅੱਛਾ ਹਾਂਜੀ ਅਦਾ ਜੀ ਇਸ ਬਰਖਰਦਾਰ ਦਾ ਬਹੁਤ ਧੰਨਵਾਦੀ ਹਾਂ ਅਸੀਂ ਜਿਹਨਾਂ ਨੇ ਤੁਹਾਡੇ ਨਾਲ ਮੇਰੀ ਮੁਲਾਕਾਤ ਕਰਾਤੀ ਆ ਮੁੜ ਕੇ ਆਖਰੀ ਉਮਰ 'ਚ ਵੀ ਸਾਨੂੰ ਆਪਣੇ ਭੈਣ ਭਰਾ ਮਿਲ ਗਏ ਅਸੀਂ ਅਤੇ ਅੱਛਾ ਜੀ
अच्छा 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 कहते आओ पासपोर्ट बना के आओ फिर पिंड नहीं तो चल गया है। एक उत्तम सिंह हुंदा सी ना उत्तम सिंह कृपा राम कृपा सिंह तुलसा सिंह तो पूरे हो गए उन्होंने परिवार जो जगिंदर सी पूरा हो गया ते हुण इत्थे उहदे गांह पड़ोते लिया गया वह हैगा करवंत उन्होंने कारोबार चक्की चुकी लाई है उन्होंने ਤਰਖਾਣਾ ਜੇ ਖਰਾਸ ਲਾਇਓ ਹੁੰਦੇ ਸੀ ਮੈਨੂੰ ਪਤਾ ਤੁਲਸਾ ਸਿੰਘ ਦਾ ਖਰਾਸ ਹੁੰਦਾ ਸੀ ਇੱਕ ਜਗਿੰਦਰ ਦਾ ਅੱਛਾ ਹੋਰ ਨਵੀਂ ਤਾਜ਼ੀ ਕੋਈ ਅਜੇ ਉਹ ਜਿਹੜਾ ਤੁਹਾਡੇ ਡੋਗਰੇ ਵਾਲਾ ਖੂਹ ਕਹਿੰਦੇ ਸੀ ਨਾ ਉਹ ਪੂਰਤਾ ਜਿਹੜਾ ਡੋਗਰੇ ਵਾਲਾ ਖੂਹ ਸੀ ਉਹ ਪੂਰ ਹੋ ਗਿਆ ਸੜਕਾਂ ਬਣ ਗਈਆਂ ਆਪਣੇ ਪਿੰਡ ਸੁਣੋ ਸੁਣੋ ਹਾਂਜੀ बचपन चेते आ जाता हों ਮਾਸਟਰ ਦਲੀਪ ਸਿੰਘ ਨੂੰ ਜਾਣਦੇ ਸੀ ਸ਼ਰੀਫ ਜੀ ਮਾਸਟਰ ਦਲੀਪ ਸਿੰਘ ਆਪਣੇ ਜਲੀਲਾਂ ਦਾ ਉਹ ਯਾਦ ਆ ਕਿ ਨਹੀਂ ਜਲੀਲਾਂ ਦਾ ਮਾਸਟਰ ਦਲੀਪ ਸਿੰਘ ਹੁੰਦਾ ਸੀ ਨਹੀਂ ਜੀ ਉਹਦਾ ਮੁੰਡਾ ਜਗਿੰਦਰ ਸਿੰਘ ਹੁੰਦਾ ਸੀ ਦਲੀਪ ਸਿੰਘ ਮਾਸਟਰ ਦਾ ਚੌਥੀ ਜੀ ਇਕੱਠੇ ਪੜ੍ਹਦੇ ਅਸੀਂ ਤੁਸੀਂ ਸਾਰੇ ਹੀ ਟਿੱਡਾ ਮਾਸਟਰ ਕਾਬੂਆ ਦਾ ਇੱਕ ਸੁੰਦਰ ਖਾਂ ਹੁੰਦਾ ਸੀ ਮਾਸਟਰ ਚੋਜਣਾ ਦਾ ਹਾਂਜੀ ਸੁੰਦਰ ਖਾਂ ਸੁੰਦਰ ਖਾਂ ਸੁੰਦਰ ਖਾਂ ਚੋਜਣਾ ਦਾ ਇੱਕ ਕਾਜੀ ਵੀ ਹੁੰਦਾ ਸੀ ਇੱਕ ਕਾਜੀ ਹੁੰਦਾ ਸੀ ਨਾ ਮੈਂ ਕਿਹਾ ਇੱਕ ਮਾਸਟਰ ਕਾਜੀ ਵੀ ਹੁੰਦਾ ਸੀ ਕਾਬੂਆ ਤੋਂ ਬਹੁਤ ਚੰਗੇ ਦਿਨ ਤੁਹਾਨੂੰ ਇੱਕ ਉਸ ਦਿਨ ਦਾ ਪਤਾ ਜਦੋਂ ਦੋਦੇ ਕਰਨ ਵਾਲੇ ਆਏ ਤਾਂ ਅਸੀਂ ਨੱਠ ਗਏ ਤਾਂ ਨਾਲ ਤੁਸੀਂ ਸੀ ਦੋਦੇ ਕਰਨ ਵਾਲੇ ਆਏ ਪਿੰਡ ਸਕੂਲੇ ਅਤੇ ਅਸੀਂ ਦੌੜ ਗਏ ਯਾਦ ਹੈ ਇੱਕ ਵਾਰੀ ਅਸੀਂ ਸਕੂਲੋਂ ਸਾਨੂੰ ਕੁੱਟ ਪਈ ਤਾਂ ਅਸੀਂ ਉਹ ਸਾਡੇ ਬਾਬਾ ਜੀ ਤਰ੍ਹਾਂ ਬੀਜਦੇ ਹੁੰਦੇ ਸੀ ਅੱਛਾ ਤੁਹਾਨੂੰ ਪਤਾ ਹੋਵੇ ਕਿ ਨਾ ਪਤੇ ਅਸੀਂ ਜਾ ਕੇ ਤਰ੍ਹਾਂ ਆਉਂਦਾ ਨਿੱਕੀ ਨਿੱਕੀਆਂ ਤੋੜ ਕੇ ਤੋੜ ਲਈਆਂ ਨਹੀਂ ਯਾਦ ਸਾਡੇ ਪਿੰਡ ਦਾ ਆਪਣੇ ਬਾਦਮੀ ਕਿਉਂ ਜਾਣਦੇ ਹਾਂ ਜਿਹੜੇ ਸ਼ੇਰਾ ਮਸੀਹ ਸ਼ੇਰਾ ਦੀਨਾ ਖੁਸ਼ੀਆ ਪਰ ਮੇਰੀ ਯਾਦਾਸ਼ਤ ਤਾਂ ਚੰਗੀ ਆ ਮੈਂ ਸਤਿਗੁਰੂ ਦੀ ਕਿਰਪਾ ਆ ਡੋਗਰੇ ਦਾ ਖੂਹ ਦੱਸੀ ਸਾਰੇ ਪਾਣੀ ਉੱਥੇ ਭਰਦੇ ਸੀ ਇੱਕ ਅਵਦੀ ਦਾ ਖੂਹ ਸੀ ਮਹੰਤ ਖਾਂ ਦਾ ਜੈਦਾ ਦਾ ਨਾਂ ਸੀਗਾ ਚੌਰੀ ਮਹੰਤ ਖਾਂ ਜਾ ਹਾਂਜੀ ਹਾਂਜੀ
ਆਬਾਦੀ ਬਹੁਤ ਸੰਘਣੀ ਸੀ 10,000 ਹਾਂਜੀ ਕਹਿੰਦੇ 10,000 ਆਬਾਦੀ ਸੀ ਪਿੰਡ ਦੀ ਅੱਛਾ ਹਾਂਜੀ ਆਬਾਦੀ ਉਦੋਂ ਬਹੁਤ ਸੰਘਣੀ ਸੀ ਹੁਣ ਆਬਾਦੀ ਤਾਂ ਹੈਗੀ ਪਰ ਬਿਲਡੀ ਬਿਲਡੀ ਆ ਹਾਂਜੀ ਹਾਂ ਪੱਕਾ ਹੀ ਪੱਕਾ ਪਿੰਡ ਗਲੀਆਂ ਪੱਕੀਆਂ ਨਾਲੀਆਂ ਪੱਕੀਆਂ ਹੁਣ ਤਾਂ ਕੋਈ ਪਾਸਾ ਕੱਚਾ ਹੈ ਹੀ ਨਹੀਂ ਲਾਈਟਾਂ ਲੱਗ ਗਈਆਂ ਤੇ ਸਾਡਾ ਪਿੰਡ ਤਾਂ ਸ਼ਹਿਰ ਬਣ ਗਿਆ ਆ ਹਾਂਜੀ ਕਦੇ ਕਦੇ ਆਵਾਂਗਾ ਇਹਨਾਂ ਦਿਨਾਂ 'ਚ ਆਓ ਤਾਂ ਤੁਸੀਂ ਪਿੰਡ ਦੇਖ ਕੇ ਹੈਰਾਨ ਹੋਵੋਗੇ ਵੀ ਹੈ ਐਡੀ ਤਰੱਕੀ ਪੰਜਾਬ 'ਚ ਹਿੰਦੁਸਤਾਨ ਨੇ ਕੀਤੀ ਆ ਗਲੀਆਂ ਨਾਲੀਆਂ ਪੱਕੀਆਂ ਸੜਕਾਂ ਦੇ ਨੰਬਰ ਗਲੀਆਂ ਨੰਬਰ ਲਿਖੇ ਹੋਏ ਆ ਥਾਂ ਥਾਂ ਬਹਿਣ ਨੂੰ ਬੈਂਚ ਲੱਗੇ ਹੋਏ ਆ ਹਾਂਜੀ ਪੰਜਾਬ ਦੇ ਸੋਹਣੇ ਪਿੰਡਾਂ 'ਚੋਂ ਇੱਕ ਆ ਹਾਂਜੀ ਇਹ ਵੀ ਦੱਸ ਦਿਓ ਪਿੰਡਾਂ ਦੇ ਸੋਹਣੇ ਪਿੰਡਾਂ 'ਚ ਇੱਕ ਨੰਬਰ 'ਤੇ ਪਿੰਡ ਸਾਡਾ ਮਹੱਲਾ ਤੁਹਾਡਾ ਹੈਗਾ ਸਾਰਾ ਪੱਕਾ ਬਣ ਗਿਆ ਉੱਥੇ ਕੋਠੀਆਂ ਪੈ ਗਈਆਂ ਵੱਡੀਆਂ ਹਾਂਜੀ ਹਾਂਜੀ ਉਹ ਸਾਡੇ ਪਿਛਲੇ ਪਾਸੇ ਨਾ ਸਭ ਕੋਠੀਆਂ ਪੈ ਗਈਆਂ ਫਸਟ ਕਲਾਸ ਇਹਨਾਂ ਦੇ ਘਰ ਕਿੱਥੇ ਹੁੰਦੇ ਸੀ ਸਾਡੇ ਮਗਰ ਇੱਥੇ ਪਾਸੇ ਹੈ ਨਾ ਚਲੋ ਕੋਈ ਨਹੀਂ ਕਰ ਲਓ ਅਤੇ ਇਹ ਆ ਜੀ ਹਾਂਜੀ ਅਤੇ ਇਹ ਇਹਨਾਂ ਦਾ ਘਰ ਆ ਜੀ ਬਜ਼ੁਰਗਾਂ ਦਾ ਗੱਲ ਕਰਦੇ ਪਏ ਨਾ ਅਤੇ ਇਹ ਨਹੀਂ 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 ਬੈਠੋ ਬੈਠੋ ਅਤੇ ਇਹ ਆ ਜੀ ਜਿਹੜਾ ਪਿੱਠ ਲੱਗਦੀ ਸੀ ਹੁਣ ਤਾਂ ਉੱਥੇ ਲੋਕਾਂ ਨੇ ਕੋਠੀਆਂ ਪਾ ਲਈਆਂ ਹੈ ਨਾ ਅਤੇ ਜਿਹੜੇ ਇੱਥੇ ਦੱਸਦੇ ਵੀ ਇਹਨਾਂ ਦੇ ਪਿੱਠ ਪਿੱਛੇ ਸੀਗਾ ਕਿਉਂਕਿ ਕੱਚੇ ਮਕਾਨ ਹੁੰਦੇ ਸੀਗੇ ਅਤੇ ਹੁਣ ਤਾਂ ਐਂ ਸਾਰਾ ਹਾਂਜੀ ਆਓ ਤੁਸੀਂ ਸਹੀ ਆਓ ਮੈਂ ਤਾਂ ਸ਼ੁਕਰ ਮਨਾਊਂਗਾ ਮੇਰੀ ਐਡੀ ਉਮਰ ਦੀ ਭੈਣ ਮੈਨੂੰ ਫਿਰ ਮਿਲ ਗਈ ਹਾਂਜੀ ਦੇਖਣੀ ਕੋਠੀ ਨਹੀਂ ਕਰੋ ਕਰੋ ਗੱਲ ਕੋਈ ਗੱਲ ਨਹੀਂ ਬਾਅਦ ਚ ਹੋਰ ਕੋਈ ਹੋਰ ਮੈਨੂੰ ਇਹ ਦੱਸੋ ਤੁਹਾਡੇ ਆਪਣੇ ਕਿੱਦਾਂ ਹਾਲਾਤ ਕਿੱਦਾਂ ਦਿਨ ਦਿਨ ਕੇ ਦਿਨ ਕੋਲ ਨਿਕਲਦੇ ਉੱਥੇ ਕਿੱਥੇ ਬੈਠੇ ਕਿੱਥੇ ਆ ਪੁੱਛੋ ਤਾਂ ਪਿੰਡ ਅੱਛਾ 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 ਇੱਕ ਮਿੰਟ ਮੈਨੂੰ ਦੱਸਿਓ ਵੀ ਤੁਸੀਂ ਕਿਹੜਾ ਜ਼ਿਲ੍ਹਾ ਤੁਹਾਡਾ ਹੁਣ ਤਾਂ ਕਿਹੜਾ ਪਿੰਡ ਦਾ ਨਾਂ ਕੀ ਆ ਮਾਤਾ ਜੀ ਇੰਗਲੈਂਡ ਰਹਿੰਦੇ ਆ ਨਾ ਅੱਛਾ ਤੇ ਆਪਾਂ ਬਾਬੇ ਹੁਣੀ ਕਿੱਥੇ ਆ ਪੁੱਛੋ ਤਾਂ ਬਾਬਾ ਬਸ਼ੀਰ ਜੀ ਨਾਲ ਬਸ਼ੀਰ ਜੀ ਕਿੱਥੇ ਰਹਿੰਦੇ ਆ ਭਾਈ ਸਾਹਿਬ ਕਿੱਥੇ ਰਹਿੰਦੇ ਆ ਲੜਾਨੀਆਂ ਝੰਗ ਦੇ ਵਿੱਚ ਲੜਾਨੀਆਂ ਜਦੋਂ ਕਦੇ ਨਾਨਕਸਰ ਆਏ ਨਨਕਾਣਾ ਸਾਹਿਬ ਆਵਾਂਗੇ ਤਾਂ ਫਿਰ ਕਦੇ ਕੋਸ਼ਿਸ਼ ਕਰਾਂਗੇ ਦਰਸ਼ਨ ਕਰਨ ਦੀ ਹਾਂਜੀ ਕਰਤਾਰਪੁਰ ਖੁੱਲ੍ਹਾ ਨਹੀਂ ਹਜੇ ਅਜੇ ਖੁੱਲ੍ਹਾ ਨਹੀਂ ਗਾ ਐਤਕੀ ਢੋਲਾ ਬਾਜਿਆਂ ਜਾਵਾਂਗੇ ਕਹਿੰਦੀ ਉਹ ਭੈਣਾਂ ਨੂੰ ਭਰਾ ਜ਼ਿਆਦਾ ਪਿਆਰੇ ਹੁੰਦੇ ਆ ਹਾਂਜੀ 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 ਇੱਕੋ ਹੀ ਹੈ ਅੱਛਾ ਅਤੇ ਹੁਣ ਕਦੋਂ ਤੁਹਾਡਾ ਘਰ ਜੇ ਬਾਰਡਰ ਖੋਲ੍ਹੇ ਤਾਂ ਆਉਣ ਦੀ ਕੋਸ਼ਿਸ਼ ਕਰੋ ਅਤੇ ਮੈਂ ਫਿਰ ਮੈਨੂੰ ਫੋਨ ਕਰੋ ਮੈਂ ਉੱਥੋਂ ਤੋਂ ਲੈਣ ਆ ਜਾਵਾਂਗਾ ਹਾਂਜੀ ਹਾਂਜੀ ਮੈਂ ਕਹਿੰਦਾ ਹਾਂਜੀ ਚੰਨੋ ਕੋਲੋਂ ਚਾਰ ਲਿਓ ਅੱਛਾ ਅੱਛਾ ਅੱਛਾ।
चलो मेरी मां थी ना। अच्छा बीबी आ तू मुड़के रूह खुश करती आ तुम आ तो कुछ बरखदार ने सारा रूह खुश करता। दादी मेरी हां जी भला तुहानु पता साड़ी दादिया की नाम सी पप्पी आओ। अच्छा 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 एक ताई साड़ी सी हैं। अच्छा बड़ी अच्छा है दसो भाई तो साड़ी ताई का नाम की सी नंदो। बड़ी कुड़ी ओदी आउंदी हुंदी आ ओ पूरी हो गई हुण बख्शो सी ना बड़ी कुड़ी दा ओदा नंदो दी बड़ी कुड़ी दा नाम बख्शो सी ओदा कई दफा पाकिस्तान आई आ नटकाना साहब जदों आउंदी आ अपन जायदाद परिवार नूं मिल के आउंदी आ। हां जी हां ओनू मिली बख्शो। अच्छा 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 जी अच्छा जी बहुत थोड़ा ज्यादा चंगी तकड़ी आ है बहुत बहुत खुशी दी गल आ। हाँ जी शुक्र है मालक का ये ओदी रहमत है खुदा दी जिहड़ा तुहानू यादाश्त चंगी आ दोनों दी। हाँ जी कुछ अजे मैनू उच्चा सुन लग पिया बच्छू आहो सर भी मर गया पूरा वो सर भी मर गया बाकी मर गया बाकी ओ पता जा सर भी मरगन तो बाकी ये तिने पूरे हो गए। हाँ जी बीबी सारी जमीन नहीं सी होंगी सतगुर परमात्मा की कृपा हुई है हूँ सबको जमीन बहुत हाँ हाँ अपन जमीन साड़िया बहुत आ ट्रैक्टर वगैरह अपने रखे आ सतगुर की एडी कृपा गड्डिया ले शुआई हाँ शुआई पूरी हो गई है वो शुआई तो सड़क बन गई पक्या देखने वाली शुआई हाँ जी हाँ जी वो शुआई तो पूरी हो गई सड़क उतो नहीं बन गई कोठियाँ पै गई चार छोरे पिंड च पिंड च कोई जे कद चांस लगे ना हूँ तो तुम चांस गवायो ना तुम अपनी पिंड की नुहार देख के बहुत खुश होवोगे कोई चर्च हर वे बिजली जाती नहीं टेलीफोन लगे हुआ हाँ जी बहुत चंगा है ये मुंडे का उद्यम होया सू मिलाता जी ये अभी मैं धनवादी बहुत हाँ बहुत शुक्रगुजार हाँ जिन मुड़के सानू 80 साल की उम्र में आके 85 तो सू थे फिर दर्शन से रूबरू हो गए ये मेहनत आ जी। हाँ जी बहुत यदि मेहनत आ एक दिन मेरे घर गया उत्ते मैंने ये दसिया मैं क्या मैं छेती मिला फिर तो फिर चला हूँ मैं घर चाह पीन लगा सी तो मुड़ के दौड़ा आया तो मैं कहता अंकल जी आोस्त मिलाव तू मैं चल मिला फिर मैं चाह पीन लगा मैं चाह रखती मैं चल मैं तो मिला।
ਇੰਨਾ ਚਾਹ ਚੜ੍ਹ ਗਿਆ ਮੈਂ ਕਿਹਾ ਮੈਨੂੰ ਮੈਂ ਚਾਹ ਫੇਰ ਪੀ ਲਊਂਗਾ ਤੇ ਮੈਨੂੰ ਚੱਕ ਉਹਨੇ ਚੱਲ ਕੋਠੇ ਚੱਲੀਏ ਤੇ ਮੈਨੂੰ ਉਹਦਾ ਦਰਸ਼ਨ ਕਰਾ ਦੇ ਇੱਕ ਵਾਰੀ ਅਤੇ ਦੇਖਾਂ ਹੁਣ ਕਿੱਦਾਂ ਦੀ ਸ਼ਕਲ ਹੋ ਗਈ ਜਵਾਨ ਉਮਰ 'ਚ ਕਿੱਦਾਂ ਲੱਗਦੇ ਸੀ ਇੱਕ ਦਿਨ ਅਸੀਂ ਇਹ ਬੁਢਾਪੇ 'ਚ ਕਿੱਦਾਂ ਚੰਗੇ ਲੱਗਦੇ ਹਾਂ ਹੁਣ ਅਸੀਂ ਹੋਰ ਹੋਰ ਬੱਚੇ ਸੇਵਾ ਕਰਦੇ ਆ ਹਾਂਜੀ ਹਾਂਜੀ ਖਾਬ ਪੂਰੇ ਹਾਂ ਅੱਛਾ ਅੱਛਾ ਭਾਈ ਸਾਹਿਬ ਇੱਕ ਮੇਰੀ ਗੱਲ ਸੁਣੋ ਅਤੇ ਤੁਸੀਂ ਜਿਹੜੇ ਆਪਣੇ ਪਾਕਿਸਤਾਨ ਵਿੱਚ ਕਿਹੜੀ ਨੌਕਰੀ ਅਖਤਿਆਰ ਕੀਤੀ ਰੋਜ਼ੀ ਰੋਟੀ ਕਿੱਦਾਂ ਕਮਾਈ ਅੱਛਾ ਅੱਛਾ ਤੁਹਾਨੂੰ ਮੈਂ ਦੱਸਾਂ ਮੈਂ ਖੁਸ਼ਖਬਰੀ ਤੇ ਮਸੀਤਾਂ ਦੋਨੇ ਕਾਇਮ ਆ ਆਪਣੇ ਪਿੰਡ ਦੀਆਂ ਦੋ ਮਸੀਤਾਂ ਹੁੰਦੀਆਂ ਸੀ ਨਾ ਹਾਂ ਦੋਵੇਂ ਮਸੀਤਾਂ ਪੂਰੀਆਂ ਕਾਇਮ ਆ ਕਿਉਂਕਿ ਸਾਡਾ ਹਿੰਦੁਸਤਾਨ ਦੇ ਨਾ ਇਹ ਹਰ ਧਰਮ ਦੀ ਸਤਿਕਾਰ ਕਰਦਾ ਇੱਜ਼ਤ ਕਰਦਾ ਕਿਸੇ ਨੂੰ ਕੋਈ ਤੰਗੀ ਨਹੀਂ ਇੱਥੇ ਬਿਲਕੁਲ ਪੂਰੀ ਪੂਰੀ ਆਜ਼ਾਦੀ ਆ ਲੋਕ ਰਾਜ ਆ ਨਾ ਹਾਂਜੀ ਹਾਂਜੀ ਸਾਡਾ ਸਕੂਲ ਜਿਹਾ ਸੀ ਨਾ ਉਹ ਨਹੀਂ ਪਹੁੰਚਿਆ ਉਹਨੇ ਤਰੱਕੀ ਕੀਤੀ ਸਕੂਲ ਬਾਅਦ ਜਿੰਨੇ ਬੰਦੇ ਜਿੰਨੀਆਂ ਸਿਆਸੀ ਪਾਰਟੀਆਂ ਆਈਆਂ ਨਾ ਉਹ ਉਹਨਾਂ ਨੇ ਇਸ ਪਾਸੇ ਨੂੰ ਧਿਆਨ ਦਿੱਤਾ ਹੀ ਨਹੀਂ ਵੀ ਇਹਨੂੰ ਅਪਗ੍ਰੇਡ ਕਰੀਏ ਮੈਂ ਇੱਕ ਵਾਰੀ ਸਾਡੇ ਪਿੰਡ MLA ਵੀ ਆਏ ਕਈ ਦਫ਼ਾ ਹੁੰਦੇ ਨੇ ਗੱਲ ਕਾਹਦੇ ਸੁਣਦੇ ਆ MLA ਵੀ ਆਏ MP ਆਏ ਸਾਰਿਆਂ ਨੂੰ ਗੱਲਾਂ ਕੀਤੀਆਂ ਪਰ ਸਿਆਸੀ ਬੰਦੇ ਸੀ ਨਾ ਉਹਨਾਂ ਨੇ ਕਿਸੇ ਨੇ ਵੀ ਇਸ ਪਾਸ ਸਕੂਲ ਦੇ ਵਾਸਤੇ ਧਿਆਨ ਨਹੀਂ ਦਿੱਤਾ ਹਾਈ ਸਕੂਲ ਸਾਡੇ ਲਾਗੇ ਪਿੰਡ ਪੰਜਤੇ ਬਣਿਆ ਤੁਸੀਂ ਪੰਜਤਾ ਜਾਣਦੇ ਆ ਪੰਜਤੇ ਪੰਜਤੇ ਸਕੂਲ ਹਾਈ ਸਕੂਲ ਬਣ ਗਿਆ ਸੀ ਜਦੋਂ ਸੰਤ ਸੰਤਾਜ ਤੋਂ ਪਹਿਲਾਂ ਪੰਜਤੇ ਗਏ ਸੀ ਕਦੇ ਤੁਸੀਂ ਵੀ ਨਾਲ ਪੰਜਵੀਂ 'ਚ ਗਏ ਨਾ ਪੰਜਵੀਂ ਪਾਕਿਸਤਾਨ ਡਿਵਾਈਡ ਦੇਸ਼ ਹੋਇਆ ਪੰਜਵੀਂ 'ਚ ਉਦੋਂ ਤਾਂ 46 'ਚ ਬਣ ਗਿਆ ਸੀ ਪਾਕਿਸਤਾਨ ਆਪਣੇ 46 'ਚ ਪੰਜਤੇ ਬਣ ਗਿਆ ਸੀ ਹਾਂ ਲੰਮੇ ਕਾਣੇ ਹਾਂਜੀ ਸ਼ਾਮ 84 ਜਦੋਂ ਸਕੂਲ ਬਣਿਆ ਪਹਿਲਾਂ ਸ਼ੁਰੂ ਕੀਤਾ ਤੇ ਕਾੜੂਆ ਦਾ ਕਰਨ ਸਿੰਘ ਹੈਡਮਾਸਟਰ ਸੀ ਜਾਣਦੇ ਕਿ ਨਹੀਂ ਕਰਨ ਸਿੰਘ ਹੁਣ ਸਕੂਲ ਸ਼ੁਰੂ ਕੀਤਾ ਹੁਣ ਕੀਤਾ ਜਦ ਨੂੰ 47 ਜਿਵੇਂ ਦੇਸ਼ ਡਿਵਾਈਡ ਹੋ ਗਿਆ ਹੁਣ ਜਿੰਦੇ ਜੀ ਆਓ ਤਾਂ ਮੈਨੂੰ ਖੁਸ਼ ਆ ਹਾਂ ਮੇਰੀ ਸਿਹਤ ਅੱਛੀ ਆ ਜੀ ਅੱਛੀ ਆ ਮੈਂ ਇਹ ਵੀ ਕੰਮ ਕਰ ਲੈਣਾ ਇੱਕ ਖੇਤਾਂ ਨੂੰ ਜਾਣਾ ਮੋਟਰਾਂ ਨੂੰ ਜਾਣਾ ਦੋ ਮੇਰੀਆਂ ਮੋਟਰਾਂ ਸਕੂਟ ਮੈਂ ਕੰਮ ਕਾਰ ਕਰ ਲੈਣਾ ਅਜੇ ਜੀ ਹਾਂਜੀ ਆਪਣੇ ਦੋ ਆਪਣੇ ਕੋਲ ਸਕੂਟਰ ਦੀਆਂ ਦੋ ਤਿੰਨ ਆਪਣੇ ਕੀ ਕਹਿੰਦੇ ਆ ਵੈਸਪਾ ਦੋ ਗੱਡੀਆਂ ਕਾਰਾਂ ਸਭ ਤੋਂ ਦਿੱਤੀਆਂ ਜ਼ਿੰਦਗੀ ਦੇ ਦਿਨ ਬਹੁਤ ਸੋਹਣੇ ਲੱਗਦੇ ਜੀ ਮੇਰੇ ਅੱਛਾ ਬਾਬਾ ਜੀ ਤੁਹਾਡੇ ਹੋਰ ਮਿੱਤਰ ਕਿਹੜੇ ਕਿਹੜੇ ਸੀਗੇ ਇੱਥੇ ਪਿੰਡ 'ਚ ਤੁਹਾਡੇ ਦੋਸਤ ਹੋਰ ਕਿਹੜੇ ਕਿਹੜੇ ਸੀਗੇ ਦੋਸਤ ਸਾਸ ਨੂੰ ਜਾਣਦੇ ਸੀ ਸੁਣੋ ਸਾਡਾ ਤੁਹਾਡੇ ਚੰਨ ਘਰ 'ਚ ਜੇ ਨਾ ਸਾਡਾ
ਨਹੀਂ ਸਾਡਾ ਸਾਡਾ ਸੈਣੀਆਂ ਦਾ ਘਰ ਤਾਂ ਇੱਕੋ ਸੀ, ਬਾਕੀ ਰਾਮ ਤਖਾਣਾ ਦੇ ਘਰ ਸੀਗੇ, ਸੈਣੀਆਂ ਦਾ ਘਰ ਸਾਡੇ ਇੱਕੋ ਸੀਗਾ। ਉਸ ਤੁਹਾਡੀ ਕਿੰਨੀ ਉਮਰ ਆ? ਕਹਿੰਦੇ ਉਦੋਂ 12 ਸਾਲ ਦੀ ਉਮਰ ਸੀਗੀ ਨਾ? ਹਾਂ 12 ਸਾਲ, 11-12 ਸਾਲ ਦੀ। ਹਾਂਜੀ ਤਿਰਾਨਵੇਂ ਸਾਲ ਦੀ। ਇੱਕ ਧੰਦੇ ਝੀਲ ਨੂੰ ਜਾਣਦੇ ਜਿਹੜਾ ਖੜਦੇ ਛੋਟੀ ਜਿਹੀ ਦੁਕਾਨ ਹੁੰਦੀ ਸੀ, ਧੰਨਾ ਝੀਲ ਹੁੰਦਾ ਸੀ, ਨਹੀਂ ਜਾਣਦੇ। ਅੱਛਾ ਇੱਦਾਂ ਹੈਗੀ ਆ, ਇੱਕ ਮੇਰੀ ਬੇਨਤੀ, ਮੇਰੀ ਗੱਲ ਸੁਣੋ, ਇੱਕ ਰਿਕੁਐਸਟ ਆ, ਤੁਸੀਂ ਆਓ, ਤੁਹਾਨੂੰ ਪ੍ਰੋਗਰਾਮ ਦੇ ਕੇ ਤੁਹਾਨੂੰ ਜਿੱਥੋਂ ਕਹੋਗੇ ਅਸੀਂ ਲੈਣ ਆਵਾਂਗੇ। ਅੱਛਾ ਜੀ, ਦੋ ਹਜ਼ਾਰ ਨੌ ਜੀ, ਫਿਰ ਥੋੜ੍ਹਾ ਜਿਹਾ ਹੀ ਹੋਇਆ, 10 ਕੁ ਸਾਲ ਹੀ ਹੋਇਆ, 11 ਕੁ ਸਾਲ ਹੀ ਹੋਵੇ। ਹਾਂਜੀ ਅੱਛਾ, ਹੁਣ ਤੁਸੀਂ ਆਉਣ ਦਾ ਪ੍ਰੋਗਰਾਮ ਲਾਓ, ਮੇਰੇ ਜਿੰਦੇ ਜੀ ਆਓ, ਮੇਰੇ ਜਿੰਦੇ ਜੀ ਆਓ, ਅਤੇ ਫਿਰ ਮੈਨੂੰ ਕਢਾ ਦਿਓ, ਤਾਂ ਅਸੀਂ ਤੁਹਾਨੂੰ ਲੈਣ ਆਵਾਂਗੇ, ਤੁਹਾਡਾ ਸਵਾਗਤ ਪੂਰਾ ਕਰਾਂਗੇ। ਹਾਂ ਮੇਰੀ ਸਿਹਤ ਅੱਛੀ ਆ, ਮੇਰੀ ਸਿਹਤ ਅੱਛੀ ਆ। ਹਾਂਜੀ ਅੱਛਾ, ਖੁਦਾ ਨੂੰ ਧਿਆਇਆ ਕਰੋ, ਫਿਰ ਠੀਕ ਰਹੂਗੀ ਸਿਹਤ। ਇੱਕ ਆਪਣੇ ਨਮਾਜ਼ ਦਾ ਟਾਈਮ ਨਾ ਅੱਗੇ ਪਿੱਛੇ ਕਰੋ, ਵਕਤ ਸਿਰ ਨਮਾਜ਼ ਜ਼ਰੂਰ ਪੜ੍ਹੋ। ਹਾਂਜੀ ਇਹ ਨਮਾਜ਼ ਖੁਦਾ ਦਾ ਯਾਦ ਰੱਖਣਾ ਹੀ ਸਾਨੂੰ ਤਾਂ ਸਿਹਤ ਦੀ ਤੰਦਰੁਸਤੀ ਦਾ ਰਾਜ ਆ, ਅਸੀਂ ਪਰਮਾਤਮਾ ਕਹਿੰਦੇ ਨਾ। ਯਾਦ ਪੂਰੀ ਹੋ ਗਈ ਪਿਆਸ ਆ, ਦੇਖਣ ਨੂੰ ਤਾਂ ਤੁਹਾਡੀ ਸਿਹਤ ਲਾਲ ਲੱਗਦੀ ਆ, ਤੁਹਾਡੇ ਅੱਲਾ ਦਾ ਕਿਰਪਾ, ਅੱਲਾ ਨੂਰ ਆ। ਹਾਂਜੀ ਹੁਣ ਹੁਣ ਜਿੰਦਾ ਰਹਿਣਾ ਚਾਹੀਦਾ, ਹੁਣ ਤਾਂ ਆਰਜੀ ਬਹੁਤ ਹੋ ਗਈ ਆ। ਅੱਛਾ 6 ਸਾਲ ਵੱਡੀ ਆ, ਅਸੀਂ 90 ਤੇ 91 ਚਲ ਗਈ, ਫਿਰ ਤਾਂ ਖੁਦਾ ਦੀ ਇਹਨਾਂ ਦੇ ਬੜੀ ਕਿਰਪਾ ਹੈ।
ਖੁਦਾ ਦਾ ਬਹੁਤ ਰਹਿਮ ਹੈ। ਜਦੋਂ ਮਾਤਾ ਜੀ ਦਾ ਵਿਆਹ ਹੋਇਆ ਸੀਗਾ ਤਾਂ ਤੁਸੀਂ ਪਤਾ ਤੁਹਾਨੂੰ ਕਿ ਨਹੀਂ? ਹਾਂਜੀ ਨਹੀਂ ਪਤਾ, ਯਾਦ ਨਹੀਂ ਹੈ, ਨਹੀਂ ਪਤਾ। ਅੱਛਾ ਮਾਤਾ ਜੀ ਦੱਸ ਦਿਓ ਵਿਆਹ ਕਿੱਥੇ ਹੋਇਆ ਜੀ ਤੁਹਾਡਾ? ਜੱਲੋਵਾਲ ਕਹਿੰਦੇ ਵਿਆਹ ਹੋਇਆ ਜੀ। ਜੱਲੋਵਾਲ ਤੇ ਇੱਧਰ ਰਹਿਣੇ ਵਾਲੇ ਪਾਸੇ ਆ, ਕੂਟਾ ਪਾਸੇ, ਭੁੰਗੇ ਕੂਟਾ ਕੋ ਹੈ ਜੀ, ਚੁਟਾਲਾ। ਹਾਂ ਚੁਟਾਲਾ, ਜੱਲੋਵਾਲ, ਜੱਲੋਵਾਲ ਪਿੰਡ ਲਾਗੇ। ਹੋਰ ਪਿੰਡ ਕਿਹੜੇ? ਉਹੀ ਆ ਕੂਟਾ, ਕੂਟਾ ਵੀ ਲਾਗੇ ਪਿੰਡ ਦਾ ਕੂਟਾ। ਹਾਂਜੀ ਹਾਂਜੀ ਜਦੋਂ ਆ ਜਾਂਦੇ ਨੂਰਪੁਰ ਚਟਾਲਾ ਜਾਂਦੇ ਸੀ। ਅਰੇ ਉਹਦਾ ਜਦੋਂ ਆ ਜਾਂਦੇ ਸੀ ਅੱਬੋ ਆ, ਮੈਂ ਕਿਹਾ ਜੀ ਅੱਬੋ ਆ ਜਾਂਦੇ। ਵਿਆਹ ਉੱਥੇ ਹੋਇਆ ਸੀ ਨਾ ਜੱਲੋਵਾਲ ਇਹਨਾਂ ਦਾ, ਅੱਬੋ ਆ ਵੀ ਲਾਗੇ ਪੈਂਦੇ ਜੱਲੋਵਾਲ ਦੇ। ਹਾਂਜੀ ਬੋਲੋ, ਤਾਂ ਸਾਡੇ ਲਾਗੇ ਹੀ ਆ ਨਾ ਹੁਣ ਇੱਥੇ। ਤੁਹਾਡੀ ਉਮਰ ਲੰਬੀ ਕਰੇ ਭੈਣ ਮੇਰੀ ਦੀ ਵੀ, ਮੇਰੇ ਵੀਰ ਦੀ ਵੀ। ਮਿਹਰਬਾਨੀ ਜੀ, ਸਾਨੂੰ ਸ਼ੁਕਰੀਆ। ਅਸੀਂ ਇਸ ਬਰਖੁਰਦਾਰ ਦਾ ਚਾਹੁੰਦੇ ਕਰਨਾ ਜਿਹਨੇ ਸਾਨੂੰ ਤੁਹਾਡੇ ਨਾਲ ਮਿਲਾਪ ਕਰਾਇਆ, ਜਿਹੜਾ ਬਰਖੁਰਦਾਰ ਨਾ ਇਹਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਬਰਖੁਰਦਾਰ ਨਾ ਹਰਜੀਤ ਸਿੰਘ ਆ, ਇਹਨਾਂ ਨਾਲ ਸਾਡੇ ਇਹਦੇ ਮਾਤਾ ਪਿਤਾ ਨਾਲ ਸਾਡੀ ਬਹੁਤ ਬਹਿਣ ਉੱਠਣੀ ਆ, ਅਤੇ ਉਹਨਾਂ ਨੇ ਇਹ ਵਿਚਾਰੇ ਨੇ ਸਾਨੂੰ ਇਹ ਮੁਲਾਕਾਤ ਤੁਹਾਡੇ ਨਾਲ ਕਰਵਾਈ ਆ। ਅੱਛਾ ਖੁਦਾ ਫਿਰ ਸਾਨੂੰ ਜਿਉਂਦੇ ਜੀ ਇੱਕ ਵਾਰ ਫਿਰ ਮਿਲਾਏ, ਇਹਦਾ ਇਸ ਬਰਖੁਰਦਾਰ ਦਾ ਉਦਮ ਹੈ, ਸਾਨੂੰ ਤੁਹਾਡੇ ਮਿਲਾਪ ਕਰਾ ਦੇਣਾ। ਹਾਂਜੀ ਬਾਬਾ ਜੀ, ਜਿਹੜੀ ਤੁਹਾਡੀ ਗੱਲ ਕਰਾਈ ਆ ਹੈ ਨਾ, ਉਹ ਬਜ਼ੁਰਗ ਜਾਣਦੇ ਕੌਣ ਆ? ਬਸ਼ੀਰ ਪੱਟੀ, ਬਸ਼ੀਰ ਪੱਟੀਆਂ ਦੇ ਸੀਗਾ ਉਹ, ਪੱਟੀਆਂ ਦੇ ਸੀਗਾ ਤੇ ਤੁਹਾਡੇ ਗਵਾਂਢੀ ਸੀਗੇ ਉਹ? ਬੈਕ ਸਾਈਡ ਤੇ ਰਹਿੰਦੇ ਸੀ। ਅੱਛਾ ਤੇ ਪਿਆਰ ਕਿੱਦਾਂ ਦਾ ਸੀਗਾ ਇਹਨਾਂ ਨਾਲ? ਪਿਆਰ ਸਾਡਾ ਜਿੱਦਾਂ ਦੋਸਤ ਸਕੂਲੇ ਜਾਂਦੇ ਇਕੱਠੇ ਹੋਏ। ਅੱਛਾ ਇਕੱਠੇ ਜਾਣਾ ਜਿੱਥੇ ਜਾਣਾ ਹੈ। ਅੱਛਾ ਤੇ ਜਿਹੜੇ ਲਾਗੇ ਲਾਗੇ ਕਿਹਨਾਂ ਦੇ ਘਰ ਸੀਗੇ ਤੁਹਾਡੇ ਇੱਥੇ? ਪੱਟੀਆਂ ਦੇ ਸੀ ਸਾਰੇ? ਸਾਰੇ ਪੱਟੀ ਸੀ। ਤੇ ਨਾਂ ਪਤਾ ਉਹਨਾਂ ਦੇ ਕਿਹੜੇ ਕਿਹੜੇ ਸੀਗੇ? ਜਾਂ ਨਾਂ ਪਰ ਜ਼ਿਆਦਾ ਕਾ ਨਾਂ ਸੀ ਅਬਦੁਲਮਾਨ, ਸੈਨ ਖਾਂ, ਹਾਂ ਸਾਡੇ ਵੀ ਕੱਚੇ ਸੀ, ਪੱਟੀਆਂ ਵੀ ਸਾਰੇ ਕੱਚੇ ਸੀ। ਅਸੀਂ ਜਦੋਂ ਆਪਣੇ ਕੱਟੇ ਘਰ ਪੱਕਾ ਹਵੇਲੀ ਮੜਾਈ, ਇਹ ਸੰਨ 1947 ਤੋਂ ਪਹਿਲਾਂ ਦੀ ਗੱਲ ਵਾ। ਅੱਛਾ ਜੀ। ਪੱਕਾ ਮਕਾਨ ਛੱਤਿਆ ਤੇ ਉੱਤੇ ਬਹਿ ਕੇ ਨਿਰਮਾ ਜਿਹਨੂੰ ਅੱਜ ਨਿਰਮਲ ਸਿੰਘ ਕਹਿੰਦੇ ਨਿਰਮਾ, ਤੇ ਮੈਂ ਕੋਠੇ 'ਤੇ ਚੜ੍ਹ ਕੇ ਪੜ੍ਹਨ ਲੱਗ ਪਿਆ। ਜਿਹਦੇ ਕੋਠੇ ਚੜ੍ਹ ਕੇ ਪੜ੍ਹਨ ਲੱਗ ਪਿਆ ਤੇ ਅਬਦੁਲ ਮਾਨ ਨੇ ਆ ਕੇ ਸਾਡੀ ਇੱਟਾਂ ਮਾਰੀਆਂ ਤੇ ਕੋਠੇ ਕੋਲ ਚੜ੍ਹ ਗਏ। ਇਹ ਕੌਣ ਸੀ ਇਹ ਭਲਾ? ਅਬਦੁਲ ਮਾਨ ਪੱਟੀ ਸੀਗਾ ਵੀ? ਨਹੀਂ ਉਹ ਪੱਟੀਆਂ 'ਚ ਨਹੀਂ ਸੀ, ਉਹ ਜ਼ਿਆਦਾਰਾਂ 'ਚੋਂ ਸੀ। ਅੱਛਾ ਜੀ, ਉਹਨਾਂ ਦੇ ਪਰਿਵਾਰ 'ਚੋਂ? ਹਾਂ ਜ਼ਿਆਦਾ ਪਰਿਵਾਰ। ਅਤੇ ਕਹਿੰਦੇ ਉੱਤਰੋ ਪਹੁੰਚੇ, ਥੱਲੇ ਉੱਤਰੋ, ਤੁਸੀਂ ਆਪਣੇ ਕੋਠੇ ਦੇ ਪੜ੍ਹੋ। ਅਸੀਂ ਉਹ ਡਰਦੇ, ਅਸੀਂ ਉੱਤਰ ਕੇ ਥੱਲੇ ਪਹੁੰਚ ਗਏ। ਇਹ ਅਬਦੁਲ ਮਾਨ ਦਾ, ਅਬਦੁਲ ਮਾਨ ਸੀ ਕੱਟਰ, ਇਹ ਸਾਨੂੰ ਉੱਤੇ ਕੋਠੇ 'ਤੇ ਨਹੀਂ ਬਹਿ ਕੇ ਪੜ੍ਹ ਦਿੱਤਾ, ਥੱਲੇ ਬਹਿ ਕੇ ਪੜ੍ਹਨਾ ਸ਼ੁਰੂ ਕੀਤਾ ਜਾ ਕੇ। ਅੱਛਾ ਜੀ, ਮਤਲਬ ਇੰਨਾ ਉਹ ਸੀਗਾ ਉਸ ਟਾਈਮ ਦੇ ਉੱਤੇ, ਹੈ ਨਾ? ਹਾਂ, ਭੇਦਭਾਵ ਵੀ ਕਹਿ ਲਈਏ ਜਾਂ ਭੇਦਭਾਵ ਬਹੁਤ ਸੀ। ਯਾਨੀ ਉਹਨਾਂ ਦੀ ਉੱਧਰ ਸਾਹਮਣੇ ਘਰ ਸੀਗਾ, ਵਿੱਚ ਉਹਦੇ ਬੁੱਢੀਆਂ ਬਾਹੀਆਂ ਫਿਰਦੀਆਂ ਹੋਣਗੀਆਂ, ਜਾਂ ਤਾਂ ਕਰਕੇ ਸਾਨੂੰ ਕਹਿਤਾ ਹੋਊਗਾ, ਅਤੇ ਅਸੀਂ ਕੋਠੇ ਉੱਤਰ ਕੇ ਫਿਰ ਉੱਤੇ ਬਹਿ ਗਏ। ਅੱਛਾ, ਅਤੇ ਮਾਫ਼ੀ ਮੰਗਾਈ ਫਿਰ ਉੱਥੋਂ ਜਲਦਾਰ ਨੇ? ਹਾਂ, ਜਲਦਾਰ ਨੇ ਕਿਹਾ ਤੋ ਕੋਠਾ ਉਹਨਾਂ ਦਾ, ਅਤੇ ਤੁਸੀਂ ਉਹਨਾਂ ਨੂੰ ਜਾ ਕੇ ਦਬਚੜ ਕਿਉਂ ਕੀਤੀ ਆ? ਫਿਰ ਉਹਨਾਂ ਨੇ ਜਲਦਾਰ ਨੇ ਕਿਹਾ, ਉਹਨਾਂ ਨੇ ਦਬਚੜ ਕੀਤੀ, ਉਸ ਵੇਲੇ ਸ਼ਰਮਿੰਦੇ ਹੋ ਕੇ ਬਾਹਰ ਨਿਕਲਿਆ ਉਹ। ਅੱਛਾ ਜੀ, ਜੇ ਕੋਠੀ ਜਿਹੜੀ ਬਾਹਰ ਕੋਠੀ ਜਿਹੜੀ ਨਾ, ਉੱਥੇ ਇਹ ਗੱਲ ਹੋਈ। ਅਤੇ ਚਲੋ ਠੀਕ ਆ ਜੀ, ਅਤੇ ਗਾਹ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਵਿੱਚ। ਉਦੋਂ ਤੱਕ ਲਈ ਖੁਦਾ ਹਾਫਿਜ਼, ਰੱਬ ਰੱਖਾ।